ਟੋਟਲ ਜਿਹੜੇ ਆਰੋਪੀ ਹੈਗੇ ਉਹਨਾਂ ਨੂੰ ਹਾਂਜੀ ਜਿੰਨੇ ਵੀ ਆਰੋਪੀ ਸੀਗੇ ਸਾਡੇ ਕੋਲ ਪੰਜ ਉਹਨਾਂ ਨੂੰ ਅਸੀਂ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਨ੍ਹਾਂ ਨੂੰ ਕਿ ਅੱਗੇ ਉਹਨਾਂ ਨੇ ਜਿਹੜਾ ਹੈਗਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈਗਾ ਜੀ। ਇਹ 12-7 ਤੱਕ ਹੈ ਜੀ। ਉਹ ਜੀ ਜਿਹੜੀ ਵੀ ਇਨਵੈਸਟੀਗੇਸ਼ਨ ਟੀਮ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਇਨਵੈਸਟੀਗੇਸ਼ਨ ਦੇ ਰਿਲੇਟਡ ਜਿੰਨੀ ਵੀ ਡਿਟੇਲਸ ਨੇ ਉਹ ਤੁਹਾਡੇ ਨਾਲ ਅਫਸਰ ਸਾਹਿਬਾਨ ਉਹ ਸਾਂਝੇ ਕਰਨਗੇ ਜੀ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿਉਂਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਤੇ ਮੈਟਰ ਆਫ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ ਉਹਨਾਂ। ਦੇਖੋ ਜੋ ਫਿਰ ਅਗੇਨ ਮੈਟਰ ਆਫ ਇਨਵੈਸਟੀਗੇਸ਼ਨ ਆ ਗਿਆ ਜੋ ਵੀ ਰਿਕਵਰੀਜ਼ ਹੋਈਆਂ ਨੇ ਕੁਛ ਵੀ ਹੋਈਆਂ ਨੇ ਔਨ ਰਿਕਾਰਡ ਨੇ ਅਤੇ ਉਹ ਜਿਹੜੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਦੋਂ ਵੀ ਉਹ ਮਹਿਸੂਸ ਕਰੂਗੀ ਕਿ ਕੁਛ ਦੱਸਣਾ ਬਣਦਾ ਤਾਂ ਉਹਨਾਂ ਦੁਆਰਾ ਦੱਸਿਆ ਜਾਊਗਾ। ਬਿਲਕੁਲ ਜੀ ਅਸੀਂ ਅਪਲਾਈ ਕੀਤਾ ਸੀਗਾ ਰਿਮਾਂਡ ਵਾਸਤੇ ਬਟ ਮਾਨਯੋਗ ਅਦਾਲਤ ਨੇ ਜੋ ਹੈ ਉਹਨਾਂ ਨੂੰ ਕਸਟਡੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਹੈ। ਤਫਤੀਸ਼ ਆਪਦੇ ਬਿਲਕੁਲ ਇਨ ਟਾਈਮ ਚੱਲ ਰਹੀ ਹੈ ਜੀ ਔਰ ਪੂਰੀ ਵਧੀਆ ਡਾਇਰੈਕਸ਼ਨ ਦੇ ਵਿੱਚ ਚੱਲ ਰਹੀ ਹੈ ਲੇਟ ਤਾਂ ਆਪਾਂ ਕਹਿ ਨਹੀਂ ਸਕਦੇ। ਜਸਪ੍ਰੀਤ ਸਿੰਘ ਨਿਹਾਲ ਸਿੰਘ ਕੀ ਕਹਿਣਾ ਚਾਹੁੰਦੇ ਹੋ? ਬੇਟਾ ਆਇਆ ਸੀ ਉਹਨਾਂ ਨੂੰ ਜੇਲ੍ਹ ਭੇਜਤਾ ਠੀਕ ਠਾਕ ਆ ਚਲੋ ਪਰਮਾਤਮਾ ਉਹਨਾਂ ਦੇ ਅੰਗ ਸੰਗ ਰਵੇ ਚੜ੍ਹਦੀ ਕਲਾ ਵਿੱਚ ਰੱਖੇ ਬੱਚਿਆਂ ਨੂੰ ਬਸ। ਨਹੀਂ ਜੀ ਉਹ ਪੁਰਾਣੇ ਜੇਲ੍ਹ 'ਚ ਸੀਗਾ ਹਾਂਜੀ ਧੱਕੇ ਨਾਲ ਕੇਸ ਪਾਇਆ ਗਿਆ ਉਹਦੇ 'ਤੇ। ਨਹੀਂ ਜੀ ਨੰਬਰ ਜੇਲ੍ਹ ਦੇ ਵਿੱਚ ਮੋਬਾਈਲ ਕਿੱਥੋਂ ਆ ਜਾਣਗੇ ਦੱਸੋ ਜੇ ਦੇਣਗੇ ਤਾਂ ਪੁਲਿਸ ਵਾਲੇ ਦੇਣਗੇ ਸਾਨੂੰ ਕੋਈ ਨਹੀਂ ਪਤਾ। ਹਾਂਜੀ ਅਸੀਂ ਕਹਿੰਦੇ ਕੇਸ ਡਿਸਮਿਸ ਹੋਵੇ ਸਾਡੇ ਬੱਚੇ ਦੇ ਧੱਕੇ ਨਾਲ ਕੇਸ ਪਾਇਆ ਗਿਆ ਨਾਲੇ ਪੁੱਛਗਾ ਪਾਸੇ ਲੈ ਕੇ ਗਏ ਸੀ ਕਰਿਆ ਰਮਾਨ ਦੇ ਬੱਚੇ 'ਚ ਕੱਖ ਨਹੀਂ ਛੱਡਿਆ ਸਾਨੂੰ ਪਤਾ ਸਾਡੇ ਬੱਚੇ 'ਤੇ ਕੀ ਬੀਤੀ ਹੈ ਦੇਖ ਕੇ ਤੁਹਾਨੂੰ ਕੀ ਪਤਾ ਤੁਸੀਂ ਆਪਣਾ ਮੈਂਟਲੀ ਟੋਰਚਰ ਕੀਤਾ ਗਿਆ ਮੈਂ ਬੱਚਿਆਂ ਨੂੰ ਪਹਿਲਾਂ ਮੈਂ ਮਿਲ ਕੇ ਆਈ ਹਾਂ ਪਹਿਲਾਂ ਸੋਮਵਾਰ ਨੂੰ ਬਿਲਕੁਲ ਠੀਕ ਠਾਕ ਸੀਗਾ ਮੇਰਾ ਬੱਚਾ ਸਾਨੂੰ ਪਤਾ ਨਹੀਂ ਨਹੀਂ।